ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਅੱਜ ਆਪਾਂ ਹੁਣ ਆਪਾਂ ਜਾ ਰਹੇ ਹਾਂ ਜੀ ਸ਼ਿਕਸ਼ਕ, ਇੱਥੋਂ ਆਪਾਂ ਖੜਨਾ ਵਾ ਮਿੱਠਾ ਬੇਸਨ, ਅਤੇ ਆ ਜਾਓ ਫਿਰ ਤੁਹਾਨੂੰ ਮਿਲਾਉਂਦੇ ਹਾਂ ਦੁਕਾਨ 'ਤੇ ਜਾ ਕੇ। ਲਓ ਜੀ ਆਪਾਂ ਪਹੁੰਚ ਗਏ ਸ਼ੋਪ, ਫੜ ਲਾ ਜੂਸ ਵੀ ਵੱਡੀ ਬਦਲ ਥੱਲੇ ਬਾਈ ਉਹ ਸਾਹਮਣੇ ਤੁਹਾਨੂੰ ਵਿਖਾਉਣੇ ਆ ਫਿਰ ਅੱਜ ਜਾ ਕੇ ਬੇਸਨ ਲੈ। ਮੁੰਡਾ ਕਹਿੰਦਾ ਚਲ ਆ ਫਿਰ, ਟਾਈਮ ਆਪਣੇ ਕੋਲ ਥੋੜ੍ਹਾ, ਕੰਮ ਆਪਣੇ ਜ਼ਿਆਦਾ ਹੁਣ। ਮੱਝ ਆਉਂਦਾ ਪੀਣਾ, ਮੱਝ ਦਾ ਬੜਾ ਸ਼ੌਕੀਨ ਲੱਗਦਾ ਮੈਨੂੰ, ਹੈਂ ਓਏ ਖੁਸ਼ ਹੁਣ। ਲਓ ਜੀ ਹੁਣ ਆਪਾਂ ਜਾ ਰਹੇ ਹਾਂ ਵਾਪਸ ਘਰੇ, ਤੁਹਾਨੂੰ ਵਿਖਾਉਂਦੇ ਹਾਂ ਫਿਰ ਆ ਜਾਓ ਲੈ ਲਈਏ। ਲਓ ਵੀ ਆ ਗਈ ਮਸ਼ੀਨ, ਕਰਾਉਣ ਚੱਲਿਆ ਮੂੰਹ ਮਿੱਠਾ ਬੇਸਣ ਦੇ ਨਾਲ, ਤੇ ਆਹ ਠੰਡਾ ਪਿਆ ਏ, ਇਹ ਚੈੱਕ ਕਰੋ ਜੀ, ਇਹ ਬੇਸਣ ਲਾਤਾ ਜੀ, ਤੇ ਆਹ ਨਵਰੂਪ ਬਾਈ ਜੀ, ਤੇ ਆਹ ਆਪਣਾ ਭੈਣ ਆ ਜੋ ਤੁਹਾਨੂੰ ਅੱਗੇ ਅੰਤ ਕਰ। ਮੂੰਹ ਮਿੱਠਾ ਕਰਾਉਣ ਦੇ ਨਵਰੂਪ ਬਾਈ ਜੀ, ਤੇ ਉਹ ਆਪਣਾ ਟ੍ਰੈਕਟਰ ਵੀ ਆ ਗਿਆ ਹੈ ਜੀ, ਆਹ ਆਪਣੇ ਮਸ਼ੀਨ ਵਾਲੇ ਅੰਕਲ ਜੀ। ਚੱਲਦੀ ਮਸ਼ੀਨ ਆਪਣੇ ਗੇੜਾ ਆ ਰਿਹਾ ਪਹਿਲਾਂ, ਉਹ ਵੀ ਤਰਾਲਾ ਲੈ ਕੇ ਵੀ ਆ ਗਿਆ, ਤੇ ਫਿਰ ਬੰਦੇ ਆਪਣੇ ਲੱਗਦੇ ਆ। ਟਰਾਲੀ ਵੀ ਆਪਣੀ ਉਹ ਕੰਪੈਨ ਆ ਗਈ ਹੈ, ਟਰਾਲੀ ਆਪਾਂ ਪੂਰੀ ਜਾਲੀ ਨਾਲ ਕਵਰ ਕਰਾਈ ਹੈ ਜੀ, ਟਰੈਕਟਰ ਆਪਣਾ ਮੋੜ ਕੇ ਲਾਉਣ ਲੱਗੇ ਆ। ਮਹਿੰਦਰਾ ਇਹ ਨੋਵਾ 665 DI 4x4 ਭਾਜੀ ਤੋਂ ਆਹ ਆ ਗਏ ਨਵਰੂਪ ਭਾਜੀ, ਨਵਰੂਪ ਭਾਜੀ ਤੋਂ ਇੱਕ ਮਹਿੰਦਰਾ ਹੈ, ਨਵਰੂਪ ਭਾਜੀ ਕੰਮ ਕਰ ਰਹੇ ਆ ਕਣਕ ਦਾ, ਤੇ ਆਹ ਔਰ ਫੋਰ ਵੀਲ ਡਰਾਈਵ ਆਈ ਹੈ। ਆਪਾਂ ਆਪ ਤੁਹਾਨੂੰ ਚੜ ਕੇ ਦਿਖਾਉਂਦੇ ਆ, ਇਹ ਦੇਖੋ ਡੈਕ ਸਿਸਟਮ ਵੀ ਲਗਾ ਇਸ ਪਰ। ਆਪਣੇ ਨਵਰੂਪ ਭਾਜੀ ਆਹ ਤਿੰਨ ਬੰਦੇ ਜੋ ਆਪਾਂ ਲਾਏ ਕੰਮ ਤੇ, ਆ ਜਾਓ ਤੁਹਾਨੂੰ ਅੱਗੇ ਦਿਖਾਉਂਦੇ। ਆਹ ਵੇਖ ਆਪਣੀ ਕੰਪੈਨ ਆ ਗਈ ਹੈ, ਤੇ ਝੋਨਾ ਪਾਉਣ ਕਣਕ ਪਾਉਣ ਆ ਦੇਖੋ।
ਲੋ ਵੀ ਇੱਕ ਬੰਬੂ ਪੈ ਗਿਆ ਆਪਣਾ ਟਰਾਲੇ 'ਚ, ਅਤੇ ਹੁਣ ਵਿਖਾਉਂਦੇ ਹਾਂ ਤੁਹਾਨੂੰ ਅੱਗੇ ਵੀ ਸਾਰਾ ਕਿੰਨੇ ਬੰਬੂ ਪੈਂਦੇ ਹੋਰ। ਆ ਜੀ ਦੂਜਾ ਬੰਬੂ ਪੈ ਰਿਹਾ, ਉਹ ਵੀ ਦੋ ਕਿੱਲੇ ਹੁਣ ਆਪਣੇ ਵੱਡੇ ਚੱਲੇ ਆ। ਟਰਾਲੀ ਇੱਕ ਹੋਰ ਮੰਗਾ ਲਈ ਆਪਾਂ, ਤਿੰਨ ਕਿੱਲੇ ਉਹ ਸਾਹਮਣੇ ਰਹਿੰਦੇ, ਬਾਕੀ ਵੱਢਣ ਦਾ ਕੰਮ ਚੱਲਣ ਦਿਆ ਕੰਮ। ਆਹ ਬੰਦਾ ਆਪਣਾ ਫੋਰ ਵੀਲ ਡਰਾਈਵ ਆ ਸੁਣ ਭਾਜੀ, ਅਤੇ ਆਪਣੇ ਆਹ ਆਪਣੀ ਕਣਕ ਦੀ ਟਰਾਲੀ ਭਰ ਚੁੱਕੀ ਆ, ਇਹਦੇ ਵਿੱਚ ਇੱਕ ਬੰਬੂ ਹੋਰ ਪੈਣਾ ਵਾ ਅੰਕਲ ਲੱਗ ਗਏ। ਆਹ ਕਰਪੈਣ ਵਾਲੇ ਅੰਕਲ ਜੀ, ਅਤੇ ਆਹ ਅਲੱਗ ਅੰਕਲ, ਅਤੇ ਆਹ ਦੇਖੋ ਜੀ ਭਾਜੀ ਆਪਣਾ ਫੋਰ ਵੀਲਰ ਡਰਾਈਵ ਟਰੈਕਟਰ ਅਰਜਨ, ਉਹ ਆਪਣਾ ਇੱਕ ਅਰਜਨ ਵਾਲੇ, ਉਹ ਦੂਜੇ ਜਿਨ੍ਹਾਂ ਦਾ ਅਰਜਨ ਆ ਉਹ ਵਾਲੇ ਵੀਰ। ਚੈੱਕ ਕਰੋ ਮੌਸਮ, ਬੱਦਲਵਾਈ ਹੋ ਗਈ ਹੈ ਅਤੇ ਭਰ ਗਿਆ ਜੀ ਚੱਲਣ ਦਿਆ ਜੀ ਕੰਮ ਆਪਣੇ। ਹੁਣ ਆਪਾਂ ਦੂਜਾ ਟਰਾਲਾ ਮੰਗਾਇਆ, ਪਹਿਲਾਂ ਫੁੱਲ ਹੋ ਚੁੱਕਾ ਸ਼ਰਦਨ ਵਾਲਾ, ਅਤੇ ਇੱਧਰ ਵੀਰ ਰਹੇ ਆ ਆਪਣੇ ਬਣੇ ਬੁਣੇ ਵੱਡਾ ਛੋਟੇ ਮਾਣੇ ਪਿੰਡ ਰਹਿ ਜਾਂਦੇ ਆ। ਬਾਕੀ ਤੁਹਾਨੂੰ ਸਾਰਾ ਵਿਖਾਉਂਦੇ ਹਾਂ ਆਪਾਂ, ਤੁਹਾਨੂੰ ਮੈਂ ਸਾਰਾ ਦੱਸੋ ਕਿੰਨਾ ਥਾਂ ਸੀ ਅਤੇ ਕਿੰਨੇ ਕੁਇੰਟਲ ਜਿਹੜੀ ਹੈ ਨਾ ਕਣਕ ਹੋਈ ਆ।
ਨਾਲ ਬਣੇ ਰਹੇ ਤੇ ਵਲੌਗ ਨੂੰ ਐਂਡ ਤੱਕ ਵੇਖੋ। ਕਣਕ ਵਢਾ ਕੇ ਇੱਕ ਟਰਾਲਾ ਅੱਗੇ ਭੇਜਦਾ ਸੀ ਪਹਿਲਾਂ ਅਤੇ ਇੱਕ ਆ ਵੀਰ ਹੁਣ ਲੈ ਕੇ ਜਾਣ ਦਿਆ। ਹੁਣ ਆਪਾਂ ਜਾਵਾਂਗੇ ਗੋਇੰਦਵਾਲ ਸਾਹਿਬ। ਹੁਣ ਆਪਾਂ ਪਹੁੰਚ ਚੁੱਕੇ ਹਾਂ ਗੋਇੰਦਵਾਲ ਸਾਹਿਬ ਅਤੇ ਹੁਣ ਆਪਾਂ ਜਾ ਰਹੇ ਹਾਂ ਮੰਡੀ ਅਤੇ ਤੁਹਾਨੂੰ ਜਾ ਕੇ ਵਿਖਾਉਂਦੇ ਹਾਂ। ਇਸ ਵਾਰ ਆਪਾਂ ਕਣਕ ਜਿਹੜੀ ਆ ਵੱਡੇ ਕੰਡੇ 'ਤੇ ਕਰਵਾਉਣੀ ਆ ਤੋਲ ਅਤੇ ਤੁਹਾਨੂੰ ਦਿਖਾਉਂਦੇ ਹਾਂ ਫਿਰ ਕੀ ਆਪਣੀ ਔਸਤ ਜਾਂ ਜੋ ਵੀ ਜਿੰਨਾ ਵੀ ਵਜ਼ਨ ਹੋਊਗਾ ਦੋ ਟਰਾਲਿਆਂ ਦਾ ਸਾਰਾ ਤੁਹਾਨੂੰ ਐਸਟੀਮੇਟ ਦੱਸਾਂਗੇ ਕਿੰਨੇ ਕਿੰਨੇ ਕਿੱਲੇ ਵਢਾਏ ਅਤੇ ਕਿੰਨਾ ਹੈ ਨਾ ਵੇਟ ਹੋਇਆ ਸਾਰਾ। ਅਤੇ ਉਹ ਸਾਹਮਣੇ ਇੱਕ ਟਰਾਲਾ ਬਣਾ ਚੁੱਕਾ ਅਤੇ ਇੱਕ ਮਗਰਾਂ ਆਉਂਦਿਆ ਤੁਹਾਨੂੰ ਵਿਖਾਉਂਦੇ ਹਾਂ ਜੀ। ਮੇਰੇ ਵੀਰ ਆਪਣੇ ਪਹੁੰਚ ਚੁੱਕੇ ਆ ਜੀ, ਪਹੁੰਚ ਚੁੱਕੇ ਹਾਂ ਜੀ ਗੋਇੰਦਵਾਲ ਸਾਹਿਬ। ਹੁਣ ਆਪਾਂ ਜਾਵਾਂਗੇ ਮੰਡੀ ਅਤੇ ਮਾਸੜ ਜੀ ਆ ਗਏ ਆ, ਤੁਹਾਨੂੰ ਵਿਖਾਉਂਦੇ ਹਾਂ ਫਿਰ ਗਾੜੀ। ਉਹ ਆਪਣੇ ਮਾਸੜ ਜੀ ਆ ਗਏ ਆ ਜੀ ਅਤੇ ਹੁਣ ਆਪਾਂ ਜਾਵਾਂਗੇ ਮੰਡੀ। ਟਰਾਲੇ ਆਪਣੇ ਇੱਕ ਉਹ ਵੀਰ ਮਗਰ ਆ ਰਿਹਾ ਹੁਣ ਆਪਾਂ ਜਾ ਰਹੇ ਹਾਂ ਜੀ ਗੰਡਾ ਕਰਾਉਣ ਅਤੇ ਤੁਹਾਨੂੰ ਵਿਖਾਉਂਦੇ ਹਾਂ। ਮੈਂ ਵੀ ਇਹ ਵਾਲਾ ਪ੍ਰੋਸੈਸ ਆਪਣਾ ਸਿੱਧਾ ਜਦੋਂ ਬਣਾ ਸਿੱਧਾ ਕੰਡੇ 'ਤੇ ਤੋਲ ਕਰਵਾ ਦਿੰਦੇ ਆ ਜਿੱਦਾਂ ਕਰਕੇ ਉਹ ਵਾਲਾ ਆਪਾਂ ਕਰਵਾਉਣਾ ਪ੍ਰੋਸੈਸ ਅਤੇ ਵੇਹਨੇ ਹਾਂ ਨਾ ਕੀ ਸਿਸਟਮ ਹੁੰਦਾ ਅਤੇ ਤੁਹਾਨੂੰ ਦਿਖਾਉਂਦੇ ਹਾਂ ਜੀ। ਨਾਲ ਬਣੇ ਰਹੋ ਅਤੇ ਐਂਡ ਤੱਕ ਅਰ ਕੀ ਆਪਾਂ ਇਸ ਵਾਰ ਜਿੱਦਾਂ ਹੈ ਨਾ ਫਸਟ ਵਾਰੀ ਆਏ ਹਾਂ ਮਾਸੜ ਜੀ ਆਪਣੇ ਇੱਥੋਂ ਪਹਿਲਾਂ ਤੋਂ ਅਤੇ ਇਹਨਾਂ ਨੂੰ ਕਾਫੀ ਸਾਲ ਹੋ ਗਏ ਨੇ ਇੱਥੇ ਆਉਂਦਿਆਂ ਨੂੰ ਅਤੇ ਇਸ ਕਰਕੇ ਆਪਾਂ ਆਏ ਹਾਂ ਜੀ ਪਹਿਲੀ ਵਾਰ ਜੀ। ਆਪਾਂ ਪਹੁੰਚ ਚੁੱਕੇ ਹਾਂ ਜੀ ਮੰਡੀ। ਮੰਡੀ ਕਾਹਦੀ ਘਰ ਹੀ ਹੈ ਕੰਮ ਸਿਸਟਮ ਇਹਨਾਂ ਦਾ ਘਰ ਹੀ ਆਪਣੇ ਸਾਧਰਾ ਇੱਥੇ ਕੰਡਾ ਲੱਗਾ ਹੋਇਆ ਅਤੇ ਇੱਥੇ ਵੇਟ ਵਗੈਰਾ ਤੋਲਿਆ ਜਾਊਗਾ ਟਰਾਲੇ ਦਾ।
ਸਿੱਧਾ ਹੀ ਸਿੱਧਾ ਹੀ ਲੈ ਆਇਓ, ਤੁਹਾਨੂੰ ਦੱਸ ਦਿਆਂ ਇੱਕ ਮਿੰਟ। ਲਓ ਵੀ ਹੁਣ ਆਪਾਂ ਖਿਲਾਰਤਾ ਜੀ ਟਰਾਲਾ, ਹੁਣ ਵੇਟ ਕਰਨ ਲੱਗੇ ਹਾਂ ਇੱਕ ਵਾਰ ਹਨਾ, ਲੋਡ ਤਾਂ ਕਰਾਂਗੇ ਵੇਟ, ਉਸ ਤੋਂ ਬਾਅਦ ਟਰਾਲਾ ਵਿਹਲਾ ਕਰਕੇ ਫਿਰ ਵੇਟ ਕਰਾਂਗੇ। ਹਾਂਜੀ ਵੀ ਹੁਣ ਆਪਾਂ ਇੱਕ ਟਰੈਕਟਰ ਦਾ ਟਰਾਲੇ ਦਾ ਵੇਟ ਕਰਾਤਾ ਤੇ ਹੁਣ ਇਹਨੂੰ ਬੈਕ ਕਰਕੇ ਦੂਜੇ ਟਰਾਲੇ ਦਾ ਵੇਟ ਕਰਾਂਗੇ। ਹੁਣ ਇਹਨੂੰ ਆਪਾਂ ਖਾਲੀ ਕਰਕੇ ਮੰਡੀ 'ਚ ਕਣਕ ਲਾ ਕੇ ਫਿਰ ਆਪਾਂ ਫਿਰ ਇੱਥੇ ਆਵਾਂਗੇ, ਫਿਰ ਖਾਲੀ ਦਾ ਵੇਟ ਕੀਤਾ ਜਾਵੇਗਾ ਇਸ ਕੰਡੇ 'ਤੇ। ਦੂਜੇ ਕੰਡੇ ਦਾ ਵੇਟ ਵੀਰ ਨੂੰ ਪਾ ਦੇ ਇੱਧਰ, ਵੀਰ ਨੂੰ ਚਲੋ ਵੀ ਹੁਣ ਆਪਾਂ ਚੱਲੇ ਹਾਂ ਮੰਡੀ ਟਰਾਲੇ ਖਾਲੀ ਕਰਨ। ਆਜਾ ਬਈ, ਤੂੰ ਫਿਰਨਾ ਜਾਣਾ ਟਰੈਕਟਰ ਤੇ ਬਹਿਣਾ ਵਾ, ਟਰੈਕਟਰ ਤੇ ਬਹਿਣਾ ਵਾ, ਚੱਲ ਆਜਾ ਗੱਡੀ ਜਾਂਦੇ ਆਪਾਂ। ਤੁਸੀਂ ਦੇਖ ਸਕਦੇ ਦਰਿਆ, ਬਿਲਕੁਲ ਦਰਿਆ ਹਨਾ, ਮੰਡ ਏਰੀਆ ਜਿਹਨੂੰ ਕਹਿ ਦਿੰਦੇ ਆ, ਤੇ ਉੱਥੇ ਆਪਾਂ ਆਏ ਹਾਂ। ਉਹ ਚੈੱਕ ਕਰੋ ਸਾਹਮਣੇ ਦਰਿਆ, ਤੇ ਹੁਣ ਆਪਾਂ ਜਾ ਰਹੇ ਹਾਂ ਜੀ ਮੰਡੀ, ਉੱਥੇ ਜਾ ਕੇ ਆਪਾਂ ਦੋਵੇਂ ਟਰਾਲੇ ਖਲ ਕੇ ਵਿਹਲੇ ਫਿਰ ਇੱਥੇ ਇੱਕ ਵਾਰ ਫਿਰ ਵੇਟ ਕਰਾਂਗੇ। ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਮੰਡੀ, ਇਹ ਜਿਹੜੀ ਮੰਡੀ ਹੈ ਬਿਲਕੁਲ ਜੇਲ੍ਹ ਦੇ ਲਾਗੇ ਆ, ਮੰਡੀ ਦੇ ਵਿੱਚ ਲੱਗੇ ਆ ਢੇਰ ਕਣਕ ਲਾਹਦੀ ਪਈ ਇੱਧਰ, ਤੇ ਆਪਾਂ ਵੀ ਹੁਣ ਵਿਹਲੇ ਕਰਾਂਗੇ ਦੋਵੇਂ ਟਰਾਲੇ। ਦੇਖ ਸਕਦੇ ਜੀ ਤੁਸੀਂ ਇੱਧਰ, ਹੁਣ ਆਪਾਂ ਪਹੁੰਚ ਚੁੱਕੇ ਜੀ ਮੰਡੀ ਗੋਇੰਦਵਾਲ ਸਾਹਿਬ ਸਾਹਮਣੇ ਜੇਲ੍ਹ ਆ ਬਿਲਕੁਲ ਨਾਲ, ਤੇ ਇੱਧਰ ਬੁਲਾ ਦੀ ਗੱਡੀ ਤੇ ਇੱਧਰ ਟਰੈਕਟਰ ਹੁਣ ਆ ਗਏ ਆ, ਹੁਣ ਦੋਨੋਂ ਟਰੈਕਟਰ ਵਿਹਲੇ ਕਰਾਂਗੇ। ਹੁਣ ਆਪਾਂ ਟਰਾਲਾ ਵਿਹਲਾ ਕਰਕੇ ਤੇ ਉਸ ਤੋਂ ਬਾਅਦ ਫਿਰ ਕੰਡੇ 'ਤੇ ਜਾਣਾਂਗੇ ਟਰੈਕਟਰ ਟਰਾਲੀ ਦੋਨੋਂ, ਉਸ ਤੋਂ ਬਾਅਦ ਆਪਾਂ ਨੂੰ ਲੱਗੂਗਾ ਪਤਾ ਕਿ ਆਪਣਾ ਕਿੰਨਾ ਵੇਟ ਹੋਇਆ। ਤੁਹਾਨੂੰ ਥੋੜ੍ਹੇ ਕੁ ਟਾਈਮ ਬਾਅਦ ਦਿਖਾਉਣੀ ਆ, ਨਾਲ ਬਣੇ ਰਹੋ ਅਤੇ ਵਲੌਗ ਨੂੰ ਐਂਡ ਤੱਕ ਵੇਖਿਓ। ਪੱਕੀ ਬੋਰੀ ਮੈਂ ਵੇਖਿਆ ਨਾ ਕੱਲ੍ਹ ਕੀਤਾ ਚੈੱਕ, ਕੱਲ ਆਪਾਂ ਹੁਣ ਕਰਾਤਾ ਜੀ ਵਿਹਲਾ ਦੋਨੋਂ ਟਰਾਲੇ ਵਿਹਲੇ, ਹੋਣ ਤੋਂ ਬਾਅਦ ਹੁਣ ਆਪਾਂ ਫਿਰ ਉਸੇ ਜਗ੍ਹਾ ਤੇ ਜਾਵਾਂਗੇ ਜਿੱਥੇ ਹੁਣ ਆਪਾਂ ਚੱਲਣੇ। ਚੱਲ ਜੀ ਫਿਰ ਆਪਾਂ ਜੋ ਤੋਰੋ ਲਾਓ ਅੱਗੇ, ਹੁਣ ਆਪਾਂ ਜਾਂਦੇ ਪਏ ਫਿਰ ਵੇਟ ਕਰਾਉਣ, ਤੁਹਾਨੂੰ ਹੁਣ ਜਾ ਕੇ ਟਰਾਲੇ ਦਾ ਵੇਟ ਕਰਾ ਕੇ ਕਿੰਨਾ ਵਧੀਆ ਪਾਉਂਡਰ ਹੈ ਗੁਰੂ, ਉਹ ਬੈਡ ਜੀ ਲਾਇਆ ਵਾ, ਸਹੀ ਗੱਲ।
ਤੁਹਾਡੇ ਟਰਾਲੀ ਆਪਣਾ 3-3 ਕਿਲੋ ਦਾ ਮਾਲ ਸੀ ਤੁਹਾਡੇ ਦਾ 112 60 ਕੁਇੰਟਲ ਤਿੰਨਾਂ ਚ ਲਿਆ ਸੀ ਤਿੰਨਾਂ ਦੀ 303 22 ਕੁਇੰਟਲ ਹੈ ਨਿਕਲ ਆਈ ਹਾਂਜੀ ਹਲੇ ਹੈ ਇਹਨੇ ਲਈ ਵੀ ਅੱਜ ਹਾਂ ਘਰੇ ਲਈ ਆ ਘਰੇ ਲਈ ਆ 2 ਕੁਇੰਟਲ ਹੋਣੀ ਹਾਂ 2.5 ਹੋਣੀ ਕਣਕਾਂ ਸਹੀ ਆ ਕੀ ਬਹੁਤ ਵਧੀਆ ਹਾਂਜੀ ਆਹੋ ਬਣਾ ਦੋ ਰੇਟਰ ਤੇ ਰੇਟਰ ਬਣਾ ਲਓ ਵੀ ਕਣਕ ਵੇਚ ਕੇ ਹੁਣ ਆਪਾਂ ਹੋ ਗਏ ਵਿਹਲੇ ਮਿੰਟੋ ਮਿੰਟ ਹੀ ਕੰਮ ਹੋ ਗਿਆ ਅਤੇ ਆਪਾਂ ਲਾ ਕੇ ਟਰਾਲਾ ਵਿਹਲਾ ਕਰਕੇ ਵੇਟ ਉਸ ਤੋਂ ਬਾਅਦ ਫਿਰ ਕਰਕੇ ਅਤੇ ਹੁਣ ਆਪਾਂ ਜਾਂਦੇ ਪਏ ਘਰੇ ਅਤੇ ਵੇਖ ਲਓ ਆਪਾਂ ਨੂੰ ਮਹਾਂ ਆਏ ਹਾਂ ਮੇਰੇ ਖਿਆਲਾਂ ਨੂੰ ਅੱਧਾ ਘੰਟਾ ਲੱਗਾ ਹੋਊਗਾ ਅਤੇ ਨਹੀਂ ਤਾਂ ਮੰਡੀ ਤੁਹਾਨੂੰ ਪਤਾ ਕਿੰਨਾ ਟਾਈਮ ਲੱਗ ਜਾਂਦਾ ਉੱਥੇ ਜਾਈਦਾ ਫਿਰ ਉੱਥੇ ਬੈਠ ਕੇ ਵੇਟ ਕਰਨੀ ਪੈਂਦੀ ਫਿਰ ਟਰਾਲਾ ਵਿਹਲਾ ਕਰਕੇ ਫਿਰ ਤੋਲ ਲੱਗਦਾ ਉਹ ਪ੍ਰੋਸੈਸ ਬਹੁਤ ਲੰਮਾ ਹੋ ਜਾਂਦਾ ਅਤੇ ਇਹ ਵਾਲਾ ਸਿਸਟਮ ਤੁਹਾਨੂੰ ਪਤਾ ਹੀ ਆ ਕਿ ਮਤਲਬ ਮਿੰਟੋ ਮਿੰਟ ਹੀ ਬੰਦਾ ਫ੍ਰੀ ਹੋ ਜਾਂਦਾ ਅਤੇ ਇਹਦੇ ਵਿੱਚ ਆਪਾਂ ਇਸ ਵਾਰ ਕੋਈ ਵੀ ਆਪਾਂ ਐਕਸਟਰਾ ਤੋਲ ਨਹੀਂ ਕੋਈ ਕਟਾਇਆ ਕੋਈ ਕਾਰਡ ਨਹੀਂ ਕਟਾਈ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਸਿੱਧਾ ਆਪਾਂ ਜਿੰਨੇ ਵੀ ਆਪਣਾ ਵੇਟ ਹੋਇਆ ਵਾ ਅਤੇ ਸਰਕਾਰੀ ਰੇਟ 'ਚ ਗਿਆ ਮਾਲ ਅਤੇ ਮੈਨੂੰ ਤਾਂ ਵਧੀਆ ਲੱਗਿਆ ਪ੍ਰੋਸੈਸ ਲਓ ਵੀ ਇੱਥੇ ਹੁਣ ਆਪਾਂ ਲੱਗੇ ਮੁੰਡੇ ਕਹਿੰਦੇ ਭੁੱਖ ਲੱਗੀ ਅਤੇ ਕੁਛ ਖਾਣਾ ਪੀਣਾ ਤਾਂ ਬਰਗਰ ਜਾਂ ਕੋਈ ਹੋਰ ਕੋਈ ਚੀਜ਼ ਦੇਖਦੇ ਹਾਂ ਅਤੇ ਤੁਹਾਨੂੰ ਦਿਖਾਉਣੀ ਆ ਫਿਰ ਆ ਜਾਓ ਹੁਣ ਮੁੰਡੇ ਲੱਗੇ ਖਾਣਾ ਬਰਗਰ ਨਾਲ ਪਾਸਤਾ ਆਪਣਾ ਆਰਡਰ ਲਓ ਵੀ ਹੁਣ ਲੱਗੇ ਮੁੰਡੇ ਛਕਣ ਭੁੱਖ ਬੜੀ ਲੱਗੀ ਮੈਨੂੰ ਵੀ ਮੈਂ ਆਪ ਨਹੀਂ ਸੀ ਕੁਝ ਖਾਧਾ ਅਗੇ ਜਲਦੀ ਜਲਦੀ ਉਹ ਵੀ ਛੱਡ ਆਏ ਅਤੇ ਹੁਣ ਲੱਗੇ ਆਪਾਂ ਛਕਣ ਅਤੇ ਚਲੋ ਤੁਹਾਨੂੰ ਕਰਦੇ ਹਾਂ ਠਹਿਰ ਕੇ ਆਪਾਂ ਵਿਖਾਉਣੇ ਤੁਹਾਨੂੰ